Hello, hi, and assalamu alaikum, ladies and gentlemen, girls and boys, chachas and taya, khala, maasi, dadi, chacha, taya, nana, mamu ji, aap sabhi ke sabhi dekhte hain khatta te mitha channel. Aaj ke program mein main aapki mulaqat karwane ja raha hoon Pakistani nahi balki puri duniya ke bahut hi manje hue pehlwan, galbaat ke pehlwan. पाकिस्तानी ना वहां पे जाके चाइनीज
ਅੱਛਾ ਉੱਥੋਂ ਜਾ ਕੇ ਉਹਨੇ ਨੱਕ ਪੀਨਾ ਜਿਹਾ ਕਰਾ ਲਿਆ ਉਹਨਾਂ ਹੈ ਪਾਕਿਸਤਾਨ ਦਾ ਤੂੰ ਸਮਝਦਾਰ ਲੱਗ ਰਿਹਾ ਤੁਝੇ ਮੈਂ ਤੇਰੇ ਤੋਂ ਕਿਤੇ ਜ਼ਿਆਦਾ ਸਮਝਦਾਰ ਹਾਂ ਤੈਨੂੰ ਬਰਦਾਸ਼ਤ ਕਿਉਂ ਕਰੀ ਜਾਣ ਡਿਆ ਉਹ ਹਾਲ ਮੈਂ ਉਹ ਤੂੰ ਮੇਰੀ ਬਾਤ ਸੁਣ ਫਿਰ ਜਦ ਵਾਂ ਪੇ ਮੇਰੀ ਭੁਆਂਦੀ ਹੋਈ ਹੈ ਉਸਨੇ ਮੈਨੂੰ ਆ ਕੇ ਘਾਂ ਮੈਂ ਗਾ ਕਹਿੰਦਾ ਗੱਲਬਾਤ ਹੀ ਭੁਆਂਦਾ ਵਾਪਸ ਆ ਤਾਂ ਗੱਲ ਕਰ ਮੈਂ ਅੱਛਾ ਉਹ ਮੈਂ ਕਹਾ ਟੈਨਸ਼ਨ ਹੀ ਕੋਈ ਨਹੀਂ ਹੈ ਕਰੋ ਤਾਂ ਗੱਲ ਜਦ ਉਹ ਕਰਨੇ ਦੰਗਲ ਆਏ ਨੇ ਪਤਾ ਨਹੀਂ ਕਰਨਾ ਕਿਉਂ ਕਰੋ ਅਸੀਂ ਦੰਗਲ ਕਿਉਂ ਆਏ ਆ ਤੇ ਜੋ ਬਣਦਾ ਸਭ ਦਾ ਉਹ ਦੰਗਲ ਕਰੋ ਮਾਰੇ ਵੀਰ ਨੇ ਬੜੇ ਪੰਜ ਰੋਕੇ ਉਸਕੇ ਅੱਛਾ ਨਾ ਆ ਕੇ ਸਾਥ ਅੱਛਾ ਹੁਣ ਗੱਲ ਐਂ ਤੇ ਪੰਜ ਜਿਹੜੀ ਕਰੀ ਦੀ ਉਹ ਬੜੇ ਰੋਕੇ ਦੋ ਦੇ ਉਹ ਨਹੀਂ ਮੈਨੇ ਉਸਕੇ ਪੰਜ ਮੁਕੇ ਮੁਕੇ ਅੱਛਾ ਉਸਕੇ ਮਾਰੇ ਆਪਣੇ ਨਾਕ ਦੇ ਨਾਲ ਰੋਕੇ ਆ ਇਹ ਤੂੰ ਕਾਮ ਦੇਖ ਰਹੇ ਹਾਂ 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 ਇਹ ਜੈਨੂਅਲ ਲੱਗ ਰਿਹਾ ਹੈ ਬਿਲਕੁਲ ਜੈਨੂਅਲ ਉਹ ਇਹ ਵੀ ਚਾਈਨਾ ਦੇ ਜੁੱਤੀ ਹੈ ਬਾਬਾ ਬਣਵਾ ਲੋ ਸਾਰਾ ਹੀ ਚਾਈਨਾ ਦਾ ਓ ਯਾਰ ਤੂੰ ਕੈਸੀ ਬਾਤਾਂ ਕਰ ਰਿਹਾ ਚਾਈਨਾ ਦਾ ਸਦਰ ਦੇਖਾ ਹਾਂ ਤੋ ਉਹ ਗਿਆ ਹੈ ਸਦਰ ਹੈ ਨਾ ਹਾਂ ਉਹ ਹੈ ਉਹ ਚਾਈਨਾ ਦਾ ਲਵੇ ਤੈਨੂੰ ਮੌਲਾ ਦੀ ਜ਼ਾਤ ਕੈਸਾ ਤੂੰ ਭਗਵਾਨ ਲੱਗ ਨਹੀਂ ਰਿਹਾ ਵੈਸੇ ਓ ਮੇਰਾ ਦਾਦਾ ਭਗਵਾਨ ਮੇਰੇ ਪਹਿਲਾਂ ਤਾਂ ਮੇਰਾ ਸਤਾਤ ਦਾ ਨਾਮ ਸੁਣ ਕੇ ਤੂੰ ਪਰੇਸ਼ਾਨ ਹੋ ਦੱਸ ਓ ਮੇਰੇ ਭਗਵਾਨ ਦਾ ਨਾਮ ਹੈ ਗੰਮਲ ਭਗਵਾਨ ਉਹ ਕਿਹੜਾ ਨਾਮ ਗੰਮਲ ਭਗਵਾਨ ਦੇ ਓ ਭਾਈ ਗੰਮਲ ਭਗਵਾਨ ਗੰਮਲ ਅੱਖੋਂ ਨੀਚੇ ਵਾਲਾ ਲੋਟ ਢਿੱਲਾ ਕਰੋ ਗੰਮਲ ਹਾਂ ਗੰਮਲ ਭਗਵਾਨ ਹੈ ਮੇਰੇ ਦਾਦੇ ਦਾ ਨਾਮ ਉਹ ਵੀ ਬੜੇ ਬੜੇ ਉਹ ਕੀ ਬਾਤ ਹੈ ਤੁਹਾਡੀ ਸੋਚ ਬੜੇ ਬੜੇ ਭਗਵਾਨ ਹੈ ਉਹ ਵੀ ਯਾਰ ਅੱਛਾ ਨਹੀਂ ਉਹ ਤਾਂ ਹੋਣਗੇ ਕਿਉਂਕਿ ਸਾਹਮਣੇ ਨਹੀਂ ਬੈਠੇ ਮੇਰਾ ਦਾਦਾ ਭਗਵਾਨ ਮੇਰਾ ਪੜਦਾਦਾ ਭਗਵਾਨ ਹੈ ਅੱਛਾ ਉਹ ਮੇਰਾ ਗਦੀਨ ਦਾਦਾ ਭਗਵਾਨ ਹੈ ਮੇਰਾ ਜਿਹੜਾ ਦਾਦਾ ਭਗਵਾਨ ਤੇਰਾ ਦਾਦਾ ਵੀ ਭਗਵਾਨ ਹੈ ਤੇਰਾ ਪੜਦਾਦਾ ਵੀ ਭਗਵਾਨ ਹੈ ਤੇਰਾ ਟਿਕਟ ਦਾਦਾ ਵੀ ਭਗਵਾਨ ਹੈ ਤੇਰਾ ਗੜਦ ਦਿਨ ਦਾਦਾ ਭਗਵਾਨ ਹੈ ਉਹ ਇਹ ਐਸੀ ਹੀ ਹੈ ਭਗਵਾਨ ਮੈਨੂੰ ਲੱਗਦਾ ਤੂੰ ਚੌਥੇ ਕਾਲਜ ਦੇ ਸਾਰੀ ਜਾ ਕੇ ਕੁਸ਼ਤੀ ਕਰਕੇ ਆਉਣਾ ਮੈਨੂੰ ਲੱਗ ਗਿਆ ਤੇਰਾ ਉਹ ਨਹੀਂ ਯਾਰ ਤੂੰ ਮੁਝੇ ਆੜੇ ਮੈਨੂੰ ਲੱਗਦਾ ਤੂੰ ਸਾਰੀ ਉਮਰ ਜਿਹੜੀ ਭਗਵਾਨੀ ਹੈ ਨਾ ਉਹ ਐਮਜੀ ਕੀਤੀ ਹੈ ਭਗਵਾਨ ਇਹ ਤਾਂ ਹੋ ਗਈ ਤੇਰੀ ਭਗਵਾਨੀ ਕਦੀ ਨਾਰਮਲ ਲਾਈਫ ਦੇ ਵਿੱਚ ਰਿਸ਼ਤੇਦਾਰਾਂ ਦੇ ਜਾਂ ਕਿਸੇ ਦੇ ਵੀ ਵਿਆਹ ਤੇ ਗਿਆ ਬੜੀ ਬੜੀ ਜਗ੍ਹਾ ਗਿਆ ਤੇਰਾ ਵੀ ਇਸ ਜਗ੍ਹਾ ਤੋਂ ਕਹਿੰਦੇ ਕਰਨਾ ਲੋਕ ਪਿੱਛੇ ਪਿੱਛੇ ਹੋਏ ਤੇ ਭਗਵਾਨ ਆ ਕੋਰਸ ਤੇ ਵੀ ਲਿਆਉਂਦੇ ਸੀ ਨਾ ਤੇਰੇ ਨਾਲ ਉਸੇ ਕੋਲ ਤੋਂ ਮਤਲਬ ਤੇਰੇ ਸ਼ਗੀਰਦ ਟਾਈਪ ਸ਼ਗੀਰਦ ਬਣੇ ਨਾ ਕੋਈ ਉਹ ਇੱਕ ਮੇਰਾ ਸ਼ਗੀਰਦ ਹੈ ਬਹੁਤ ਬਹੁਤੀ ਭਗਵਾਨ ਅੱਛਾ ਉਹ ਆ ਰਿਹਾ ਉਸ ਨੂੰ ਨਾ ਬਾਹਰ ਖੜਾ ਕਰਨੇ ਆ ਅੱਛਾ ਉਹ ਵੀ ਹਲੇ ਆਉਣਾ ਹਾਂਜੀ ਉਹ ਵੀ ਭਗਵਾਨ ਉਹ ਆਪ ਨੂੰ ਮਿਲਵਾਉਣਾ ਹੈ ਮੈਨੇ ਉਸਕੇ ਸਾਥ ਉਹ ਮੇਰੇ ਤੋਂ ਉਹ ਸ਼ਗੀਰਦ ਦੀ ਮਾਨ ਹੈ ਤੂੰ ਉਸੇ ਬਾਤੇ ਕਰਦਾ ਬਾਹਰ ਜਿਹੜਾ ਤੇਰਾ ਸ਼ਗਿਰਦ ਬੈਠਾ ਨਾ ਉਹ ਹੀ ਬੁਲਾ ਲਾ ਮੈਂ ਦੇਖ ਲੈਣਾ ਉਹ ਵਾਕਈ ਭਲਵਾਨ ਚਾਹਦਾ ਤੂੰ ਪਰਾਂ ਭਾਵ ਛਡੋ ਮੈਨੂੰ ਅੰਦਰ ਹੀ ਜਾਣ ਦੇ ਇਹਨੇ ਤੁਸੀਂ ਟੈਨਸ਼ਨ ਨਾ ਲਓ ਇਹ ਮੇਰਾ ਸ਼ਗਿਰਦ ਹੈ ਇਸੇ ਮਿਲੇ ਨਾਲ ਨਹੀਂ ਹੈ ਮੇਰਾ ਸ਼ਗਿਰਦ ਹੈ ਬਦੋ ਬਦੀ ਭਲਵਾਨ ਇਹਦਾ ਕੀ ਨਾਮ ਬਦੋ ਬਦੀ ਭਲਵਾਨ ਧੱਕੇ ਨਾਲ ਹੀ ਮੇਰਾ ਭਗਵਾਨ ਬਣ ਗਿਆ ਮੇਰੇ ਪਾਸ ਆ ਕੇ ਕਹਿੰਦਾ ਮੈਂ ਸ਼ਗਿਰਦ ਬਣਾ ਮੈਂ ਕਹਾ ਬੈਠੋ ਓਏ ਜਿਤਨਾ ਮਰਜ਼ੀ ਬੈਠੋ ਭਲਵਾਨ ਦਾ ਬੜਾ ਨਾਮ ਹੈ ਭਾਈ ਉਹ ਕਿੱਦਾਂ ਉਹ ਐਸੇ ਪੁੱਛਿਆ ਭਲਵਾਨ ਜੀ ਕੋ ਜਾਣਾ ਓਏ ਰਾਮ ਸੇ ਮਾਰ ਤੂੰ ਫਿਰ ਮਾਰ ਰਿਹਾ ਮੁਝੇ ਜੀ ਹਾਂਜੀ ਰਾਣਾ ਸਾਹਿਬ ਕੀ ਹਾਲ ਚਾਲ ਹੈ ਅੱਛਾ ਫੰਕਸ਼ਨ ਹੈ ਕੀ ਪੇਮੈਂਟ ਕੀ 2 ਲੱਖ ਰੁਪਏ ਇੱਕ ਫੰਕਸ਼ਨ ਦੀ ਪੇਮੈਂਟ ਭਲਵਾਨ ਤੁਹਾਡਾ ਹੈ ਸਾਹਮਣੇ ਤੁਹਾਨੂੰ ਫਿਰ ਕਿਸ ਦਿਨ ਸੱਦ ਲਾਂਗਾ ਆਪਣਾ ਸ਼ਗਿਰਦ ਸ਼ਾਪਰ ਚ ਪਾ ਕੇ
आई होप सो कि आज का हमारा ये खूबसूरत सा प्रोग्राम आपको बहुत अच्छा लगा होगा। हम आपसे ये रिक्वेस्ट करेंगे कि ज्यादा से ज्यादा शेयर कीजिए, कमेंट्स कीजिए, लाइक कीजिए और ज्यादा से ज्यादा सब्सक्राइब कीजिए खट्टा ते मीठा चैनल।